ਜਦ 10-12 ਸਾਲ ਪਹਿਲਾਂ ਆਵਾਜ਼ ਚੁੱਕੀ ਸੀ ਨਾ, ਉਦੋਂ ਸਾਰਿਆਂ ਬੜਾ ਰੌਲਾ ਪਾਇਆ ਸੀ, ਤੂੰ ਜੀ ਰੈਡੀਕਲ ਹੈ, ਮਾਨਸ ਕੀ ਜਾਤ, ਸਭੇ ਇੱਕ ਹੈ, ਪਹਿਚਾਨ ਪੋ ਹੈਂ, ਸਰਬੱਤ ਦਾ ਭਲਾ, ਅਤੇ ਉਹ ਜੋ ਤੁਹਾਨੂੰ ਚੀਜ਼ਾਂ ਪੜ੍ਹਾਈਆਂ ਕਿਸੇ, ਤੁਸੀਂ ਸਾਰੀਆਂ ਗੱਲਾਂ ਕੀਤੀਆਂ। ਹੁਣ ਪਿੱਛੇ ਜੇ ਨਾ ਇੱਕ ਹੋਰ ਘਟਨਾ ਵਾਪਰੀ ਹੈ, ਦੋ ਪਿੰਡਾਂ ਨੇ ਪ੍ਰਵਾਸੀਆਂ ਨੂੰ ਪ੍ਰਵੇਸ਼ ਨਿਸ਼ੇਧ ਕਰਤਾ ਵੀ ਇਹ ਪਿੰਡ 'ਚ ਅਸੀਂ ਆਉਣ ਨਹੀਂ ਦੇਣੇ। ਹੋਇਆ ਕਿ ਜਿਹੜਾ ਪ੍ਰਸ਼ਾਸਨ ਹੈ ਉਹਨੇ ਐਕਸ਼ਨ ਕੀਤਾ, ਅਤੇ ਹਾਈ ਕੋਰਟ ਨੇ ਵਿਦ ਇਨ ਡੇਜ਼ ਇਹ ਡਿਸੀਜਨ ਦਿੱਤਾ ਵੀ ਜਿਹੜਾ ਪ੍ਰਵਾਸੀਆਂ ਦੇ ਖਿਲਾਫ਼ ਬੋਲੇਗਾ ਉੱਥੇ ਕਾਰਵਾਈ ਹੋਏਗੀ, ਜੇ ਨੰਬਰਦਾਰ ਬੋਲੇਗਾ ਉਹਦੀ ਨੰਬਰਦਾਰੀ DM ਜਿਹੜਾ ਖਾਰਜ ਕਰ ਦੇਗਾ। ਕਿ ਫਤਿਹ, ਕੀ ਹਾਲ ਚਾਲ ਹੈ ਬੋਜੋ, ਠੀਕ ਠਾਕ ਖੁਸ਼ ਬਾਸ਼ ਹੋ? ਅੱਜ ਨਾ ਵੀਡੀਓ ਦੇਖੀ ਹੈ ਬਾਬੇ ਬਕਾਲੇ, ਕੁਛ ਗੁੱਜਰਾਂ ਦਾ ਮਸਲਾ ਹੋਇਆ, ਮੈਨੂੰ ਪੂਰੀ ਕਹਾਣੀ ਨਹੀਂ ਪਤਾ, ਪਰ ਉਹ ਜਿਹੜੇ ਸਿੱਖ ਨੇ ਉਹ ਥਾਣੇ ਬਾਹਰ ਧਰਨਾ ਲਾ ਕੇ ਬੈਠੇ ਨੇ, ਗੁੱਜਰਾਂ ਦੇ ਖਿਲਾਫ਼ ਕੁਛ ਹੋਇਆ ਹੈ, ਅਤੇ ਉਹ ਜਿਹੜਾ ਪ੍ਰਸ਼ਾਸਨ ਹੈ ਉਹ ਗੁੱਜਰਾਂ ਦੇ ਹੱਕ ਦੇ ਵਿੱਚ ਪੰਜਾਬੀਆਂ 'ਤੇ ਅੱਤਿਆਚਾਰ ਕਰ ਰਿਹਾ, ਗੱਲ ਨਹੀਂ ਸੁਣ ਰਿਹਾ, ਤੂੰ ਤੜਾ ਕਰ ਰਿਹਾ। ਇਹ ਬੜਾ ਗੰਭੀਰ ਅਤੇ ਚਿੰਤਾ ਦਾ ਵਿਸ਼ਾ ਹੈ। ਜਦ 10-12 ਸਾਲ ਪਹਿਲਾਂ ਆਵਾਜ਼ ਚੁੱਕੀ ਸੀ ਨਾ, ਉਦੋਂ ਸਾਰਿਆਂ ਬੜਾ ਰੌਲਾ ਪਾਇਆ ਸੀ, ਤੂੰ ਜੀ ਰੈਡੀਕਲ ਹੈ, ਮਾਨਸ ਕੀ ਜਾਤ, ਸਭੇ ਇੱਕ ਹੈ, ਪਹਿਚਾਨ ਪੋ ਹੈ, ਸਰਬੱਤ ਦਾ ਭਲਾ, ਅਤੇ ਉਹ ਜੋ ਤੁਹਾਨੂੰ ਚੀਜ਼ਾਂ ਪੜ੍ਹਾਈਆਂ ਕਿਸੇ, ਤੁਸੀਂ ਸਾਰੀਆਂ ਗੱਲਾਂ ਕੀਤੀਆਂ। ਹੁਣ ਪਿੱਛੇ ਜੇ ਨਾ ਇੱਕ ਹੋਰ ਘਟਨਾ ਵਾਪਰੀ ਹੈ, ਦੋ ਪਿੰਡਾਂ ਨੇ ਪ੍ਰਵਾਸੀਆਂ ਨੂੰ ਪ੍ਰਵੇਸ਼ ਨਿਸ਼ੇਧ ਕਰਤਾ ਵੀ ਇਹ ਪਿੰਡ 'ਚ ਅਸੀਂ ਆਉਣ ਨਹੀਂ ਦੇਣੇ। ਹੋਇਆ ਕਿ ਜਿਹੜਾ ਪ੍ਰਸ਼ਾਸਨ ਹੈ ਉਹਨੇ ਐਕਸ਼ਨ ਕੀਤਾ, ਅਤੇ ਹਾਈ ਕੋਰਟ ਨੇ ਵਿਦ ਇਨ ਡੇਜ਼ ਇਹ ਡਿਸੀਜਨ ਦਿੱਤਾ ਵੀ ਜਿਹੜਾ ਪ੍ਰਵਾਸੀਆਂ ਦੇ ਖਿਲਾਫ਼ ਬੋਲੇਗਾ ਉੱਥੇ ਕਾਰਵਾਈ ਹੋਏਗੀ, ਜੇ ਨੰਬਰਦਾਰ ਬੋਲੇਗਾ ਉਹਦੀ ਨੰਬਰਦਾਰੀ DM ਜਿਹੜਾ ਖਾਰਜ ਕਰ ਦੇਗਾ। ਹੁਣ ਇਹ ਘਟਨਾਵਾਂ ਸਮਝਣ ਵਾਲੀਆਂ ਨੇ, ਜਦੋਂ ਇਤਿਹਾਸ ਲਿਖਿਆ ਜਾਏਗਾ ਨਾ ਅੱਜ ਦੇ ਸਮੇਂ ਦਾ, ਤਾਂ ਸਾਨੂੰ ਇਹ ਮਿਹਣਾ ਵੱਜਣਾ ਕਿ ਜਿਸ ਵਕਤ ਹਿੰਦੂ ਜਾਗਿਆ ਹੋਇਆ ਸੀ ਅਤੇ ਆਪਣੇ ਮੂਲ ਵਾਸਤੇ, ਆਪਣੇ ਸਿਧਾਂਤਾਂ ਵਾਸਤੇ ਲੜ ਰਿਹਾ ਸੀ, ਸਿੱਖ ਉਸ ਵੇਲੇ ਗਫਲਤ ਦੀ ਨੀਂਦ ਸੁੱਤੇ ਹੋਏ ਸੀ। ਇਹ ਜਿਹੜਾ ਪ੍ਰਵਾਸੀਆਂ ਨਾਲ ਪੰਗਾ ਹੈ, ਇਹ ਓਵਰਨਾਈਟ ਡਿਸੀਜਨ ਅਤੀਕ ਅਹਿਮਦ ਦੇ ਵੇਲੇ ਵੀ ਹੋਇਆ ਸੀ, ਜਦੋਂ 12:30 ਵਜੇ ਰਾਤ ਨੂੰ ਸੁਪਰੀਮ ਕੋਰਟ ਖੋਲ੍ਹੀ ਗਈ, 5 ਜੱਜਾਂ ਦੀ ਬੈਠਕ ਬੈਠੀ ਅਤੇ ਉਹਨੂੰ ਜਿਹੜਾ ਜ਼ਮਾਨਤ ਕਰਵਾਈ, ਕਿਉਂਕਿ ਉਹ ਪ੍ਰਵਾਸੀ ਜਿਹੜੇ ਨੇ, ਜੇ ਤੁਸੀਂ ਭਈਏ ਕਹਿੰਦੇ ਹੋ ਸਕਦਾ ਕੰਮ ਨਾ ਹੁੰਦਾ, ਤੁਸੀਂ ਪ੍ਰਵਾਸੀ ਕਿਹਾ ਹੈ? ਅਤੇ ਪ੍ਰਵਾਸੀਆਂ ਦੇ ਵਿੱਚ ਭਈਆਂ ਨਾਲ ਜ਼ਿਆਦਾ ਗਿਣਤੀ ਜਿਹੜੀ ਹੈ ਬੰਗਲਾਦੇਸ਼ੀ ਮੁਸਲਮਾਨਾਂ ਦੀ, ਰੋਹਿੰਗਿਆ ਮੁਸਲਮਾਨਾਂ ਦੀ ਹੈ, ਬੰਗਾਲੀਆਂ ਦੀ ਹੈ, ਜਿਹਨਾਂ ਤੁਸੀਂ ਭਈਏ ਸਮਝਦੇ ਹੋ। ਕਿਉਂਕਿ 71 ਦੇ ਵਿੱਚ ਭੁੱਟੋ ਨੇ ਕਿਹਾ ਸੀ ਕਿ ਪੰਜਾਬ ਨੂੰ ਬੰਗਲਾਦੇਸ਼ ਬਣਾਵਾਂਗਾ, ਅਤੇ ਉਹਨੇ ਬਣਾ ਦੇਣਾ, ਉਹ ਲੱਗਾ ਹੋਇਆ। ਅਤੇ ਜਿਹੜੇ ਤੁਸੀਂ ਕਹਿੰਦੇ ਹੋ ਵੀ ਲੈ ਅਸੀਂ ਬੈਠੇ ਹਾਂ, ਇਹ ਤੁਸੀਂ ਕੁਛ ਨਹੀਂ ਕਰ ਸਕਦੇ। ਜੱਟਾਂ ਦੇ ਬੂਹੇ ਮੂਹਰੇ ਗੁੱਜਰ ਨੰਗਾ ਹੋ ਜਾਂਦਾ, ਉਹ ਉਹਨੂੰ ਗੋਲੀ ਮਾਰ ਦਿੰਦਾ, ਥਾਣੇ ਗੱਲ ਜਾਂਦੀ ਅਤੇ ਲੁਧਿਆਣੇ ਦਾ ਸ਼ਾਹੀ ਇਮਾਮ ਮੈਦਾਨ 'ਚ ਉੱਤਰਦਾ ਗੁੱਜਰ ਦੇ ਹੱਕ ਵਿੱਚ। ਸਾਡਾ ਅਕਾਲ ਤਖਤ ਜਥੇਦਾਰ ਨਹੀਂ ਹੁੰਦਾ? ਜੇ ਗਰੂਮਿੰਗ ਗੈਂਗ ਦੇ ਸਾਡੇ ਸਿੰਘ ਗੱਲ ਕਰਦੇ ਪਏ ਨੇ ਬਾਹਰ, ਸਿੰਘ ਗਿੱਲ ਹੋਣੀ, ਅਤੇ ਜਥੇਦਾਰ ਸਾਡੇ ਖਿਲਾਫ਼ ਬਿਆਨ ਦਿੰਦਾ, ਸ਼ਾਹੀ ਇਮਾਮ ਨਹੀਂ ਬੋਲਦਾ ਲੁਧਿਆਣੇ ਵਾਲਾ, ਕੋਈ ਵੀ ਨਹੀਂ ਬੋਲੇਗਾ ਇਹਨਾਂ 'ਚੋਂ। ਦੋ ਪਿੰਡਾਂ ਨੇ ਇਹਨਾਂ ਖਿਲਾਫ਼ ਪਟੀਸ਼ਨ ਪਾਈ ਸੀ ਅਤੇ ਹਾਈ ਕੋਰਟ ਨੇ ਓਵਰਨਾਈਟ ਫੈਸਲਾ ਦੇ ਦਿੱਤਾ, ਕਿਉਂਕਿ ਇਹਨਾਂ ਕੋਲ ਬਹੁਤ ਪੈਸਾ ਵਕਫ ਬੋਰਡ ਦਾ। ਅਜੇ ਤੁਹਾਨੂੰ ਵਕਫ ਦਾ ਨਹੀਂ ਪਤਾ ਵੀ ਉਹ ਕੀ ਚੀਜ਼ ਹੈ, ਬਹੁਤ ਅਨਪੜ੍ਹਾਂ ਨੂੰ ਨਹੀਂ ਪਤਾ। ਇਹਨਾਂ ਦੇ ਕੋਲ ਗਵਰਨਮੈਂਟ ਗ੍ਰਾਂਟਾਂ ਬਹੁਤ ਜ਼ਿਆਦਾ ਨੇ, ਜਿਹੜੀ ਕੇਜਰੀਵਾਲ ਵੀ ਦਿੰਦਾ, ਕਾਂਗਰਸ ਦਿੰਦੀ ਰਹੀ ਹੈ। ਇੱਕ ਵੀਡੀਓ ਮੈਂ ਪਾਈ ਸੀ ਜਿਹਦੇ ਵਿੱਚ 25 ਬੱਚੇ ਮਦਰੱਸੇ ਪੜ੍ਹਦੇ ਨੇ, ਅਤੇ ਕਿਸੇ 4 ਉੱਥੇ ਬੰਦੇ ਨੇ, ਇੱਕ ਦੀ ਤਨਖਾਹ 1.25 ਲੱਖ ਹੈ, ਕਿਸੇ ਦੀ 82,000, ਕਿਸੇ ਦੀ 80,000 ਹੈ। ਗ੍ਰੰਥੀਆਂ ਨੂੰ ਇਹ ਗ੍ਰਾਂਟਾਂ ਕਿਉਂ ਨਹੀਂ ਮਿਲਦੀਆਂ? ਪਾਠੀ ਸਿੰਘ ਨੂੰ ਗ੍ਰਾਂਟਾਂ ਕਿਉਂ ਨਹੀਂ ਮਿਲਦੀਆਂ?
ਹਿੰਦੂ ਹੀ ਰੋਂਦੇ ਪੰਡਤਾਂ ਨਾਲ ਕਿ ਚਲੋ ਉਹ ਆਪਣਾ ਮਸਲਾ ਦੇਖਣ, ਮੈਂ ਤੁਹਾਡੇ ਨਾਲ ਗੱਲ ਕਰ ਰਿਹਾ, ਕਿਉਂ ਨਹੀਂ ਮਿਲਣੀ ਗਰੰਟਾਂ ਸਿੱਖਾਂ ਨੂੰ? ਕਿਉਂਕਿ ਸਿੱਖ ਸਿਰੇ ਦਾ ਬੇਈਮਾਨ ਹੋ ਚੁੱਕਾ ਮੌਜੂਦਾ, ਇਹ ਸ਼ਾਇਦ ਬੜੇ ਚਿਰ ਤੋਂ ਹੀ ਬੇਈਮਾਨ ਚੱਲਿਆ ਹੁੰਦਾ, ਪਰ ਹੁਣ ਹਾਲਾਤ ਹੋਰ ਵਿਗੜ ਗਏ ਨੇ। ਸਿੱਖਾਂ ਵਾਸਤੇ ਕੋਈ ਕਾਨੂੰਨ ਨਹੀਂ ਪੰਜਾਬ ਦੇ ਵਿੱਚ, ਹੁਣ ਤੁਸੀਂ ਸੈਂਟਰ ਨੂੰ ਗਾਲਾਂ ਕੱਢੋਗੇ, ਇਹ ਸਾਡੀ ਆਦਤ ਨੇ। ਬਾਦਲ ਨੂੰ ਗਾਲਾਂ ਕੱਢਾਂਗੇ ਅਸੀਂ, ਪਰ ਮੌਜੂਦਾ ਸਰਕਾਰ ਨੂੰ ਕਿਸੇ ਨੇ ਕੁਛ ਨਹੀਂ ਕਹਿਣਾ, ਉਹ ਕੋਈ ਕੁਛ ਕਹਿ ਵੀ ਨਹੀਂ ਪਾ ਰਿਹਾ। ਜੇ ਮੌਜੂਦਾ ਸਰਕਾਰ ਦਾ ਤੁਸੀਂ ਨਾਂ ਲਓਗੇ ਨਾ, ਤੁਹਾਡੀ ਵੀਡੀਓ ਵਾਇਰਲ ਨਹੀਂ ਜਾਏਗੀ, ਕਾਂਗਰਸ ਕੋਲ ਵੀ ਵੀਡੀਓ ਤੁਹਾਡੀ ਵਾਇਰਲ ਨਹੀਂ ਜਾਏਗੀ। ਐਲਗੋਰਿਥਮ ਬੜਾ ਸੈੱਟ ਕੀਤਾ ਹੋਇਆ 70 ਸਾਲਾਂ ਦੀ ਕਾਂਗਰਸ ਨੇ, 76 ਸਾਲਾਂ ਦੇ ਵਿੱਚ, ਅੱਜ ਵੀ। ਹੁਣ ਅੱਜ ਉਹ ਆਪਣੀ ਧਰਤੀ ਦੇ ਸਿੱਖ ਧਰਨੇ ਮਾਰਦੇ ਪਏ ਨੇ ਯਾਰ। ਗੁੱਜਰਾਂ ਦੇ ਘਰੋਂ ਬੱਚੇ ਲੱਭੇ ਨੇ ਜਿਨ੍ਹਾਂ ਨੂੰ ਟੀਕੇ ਲਾ ਕੇ ਪਾਗਲ ਵਾਲੇ ਕੰਮ ਕਰਾਏ ਗੁੱਜਰਾਂ ਨੇ, ਉਹਦੇ ਬਾਅਦ ਕੋਈ ਕਾਰਵਾਈ ਹੋਈ ਕਿਸੇ 'ਤੇ? ਪੰਜਾਬ ਦੇ ਕਿਸੇ ਪਿੰਡ ਦੇ ਵਿੱਚ 3 ਸਾਲ ਦੀ ਬੱਚੀ ਨੂੰ ਭੁੰਨ ਕੇ ਖਾ ਗਏ ਅਤੇ ਕਿੰਨਾ ਜ਼ੋਰ ਲੱਗਾ, ਪੁਲਿਸ ਨੇ ਨਾਂ ਨਹੀਂ ਦੱਸਿਆ ਵੀ ਬੰਦੇ ਕੌਣ ਸੀਗੇ, ਆਈਡੈਂਟੀ ਨਹੀਂ ਰਿਵੀਲ ਕੀਤੀ। ਮੈਂ ਬੜਾ ਜ਼ੋਰ ਲਾਇਆ ਬਾਹਰੋਂ ਪਤਾ ਕਰੋ, ਮਲੇਰਕੋਟਲੇ 'ਚੋਂ ਕਿੰਨੀਆਂ ਬੱਚੀਆਂ ਗਾਇਬ ਨੇ ਆਪਣੀਆਂ, ਮੈਨੂੰ 2 ਸਾਲ ਹੋ ਗਏ ਕਹਿੰਦੇ ਨੂੰ ਵੀ ਪੰਜਾਬ ਦੇ। ਪਰ ਇਹਨਾਂ ਮਸਲਿਆਂ 'ਤੇ ਪੰਜਾਬ ਕੰਮ ਹੀ ਨਹੀਂ ਕਰਨਾ ਚਾਹੁੰਦਾ। ਹੁਣ ਤੁਸੀਂ ਆ ਗਏ ਅੜਿੱਕੇ ਇਹਨਾਂ ਦੇ, ਇੱਕ ਪਾਸੇ ਇਸਾਈ ਨੇ, ਇੱਕ ਪਾਸੇ ਮੁਸਲਮਾਨ ਨੇ, ਹੁਣ ਤੁਹਾਨੂੰ ਚੱਬ ਕੇ ਧਰਨਗੇ ਇਹਨਾਂ ਵਜ੍ਹਾ ਨਾਲ। ਜਿਹੜੇ ਪਾਸਟਰਾਂ ਨੇ, ਜਿਹੜਾ ਕੋਈ ਆਵਾਜ਼ ਚੁੱਕਦਾ ਉਹਨੂੰ ਉਹ 'ਤੇ ਕੇਸ ਕਰਾ ਕੇ ਉਹਦੀ ਆਵਾਜ਼ ਬੰਦ ਕਰ ਦਿੰਦੇ ਸੀ ਨਾ, ਪਰ ਐਤਕੀ ਮਾਰਾ ਕਿਰਪਾ ਆਵਾਜ਼ ਸਾਡੇ ਨਾਲ ਪੈ ਗਿਆ, ਇਹਨਾਂ ਦਾ ਸਾਡੀ ਆਵਾਜ਼ ਨਹੀਂ ਬੰਦ ਹੋ ਸਕਦੀ। ਅਤੇ ਜਿਹੜੇ ਕਹਿੰਦੇ ਵੀ ਆਪਾਂ ਗ੍ਰਿਫਤਾਰੀਆਂ ਦਿੰਦੇ, ਆਪਾਂ ਇਹ ਕਰਦੇ, ਗ੍ਰਿਫਤਾਰੀਆਂ ਦੇਣ ਦਾ ਮੇਰਾ ਕੋਈ ਮੂਡ ਨਹੀਂ ਹੈਗਾ। ਜਿੰਨਾ ਕੰਮ ਮੈਂ ਜੇਲ੍ਹ 'ਚੋਂ ਬਾਹਰ ਆ ਕਰ ਸਕਦਾ, ਮੈਂ ਅੰਦਰ ਨਹੀਂ ਕਰ ਸਕਦਾ। ਅਤੇ ਜਿਹੜਾ ਜਿਹੜੇ ਕਹਿੰਦੇ ਬਾਬਾ ਜੀ ਠੰਡਾ ਨਹੀਂ ਬੈਠਾ ਹੋਇਆ, ਆਹ ਦੇਖੋ ਵੀ ਦਾੜ੍ਹ ਦੀ ਸਰਜਰੀ ਹੋਈ ਹੈ, ਸਵੇਰ ਦੀਆਂ ਫਿਰ 2 ਮੀਟਿੰਗਾਂ ਕਰਕੇ ਆਇਆ ਮੈਂ, ਬੋਲਣ 'ਚ ਪੇਨ ਹੈ ਪਰ ਫਿਰ ਵੀਡੀਓ ਪਾ ਰਿਹਾ ਨਾ ਮੈਂ, ਸਵੇਰੇ ਫਿਰ ਮੈਂ ਦਿੱਲੀ ਨਿਕਲ ਜਾਣਾ। ਕੱਲ੍ਹ ਰਾਤ 3 ਵਜੇ ਤੱਕ ਆਪਣੇ ਵਕੀਲ ਦੇ ਨਾਲ ਅਸੀਂ ਜਿਹੜੀ ਪਟੀਸ਼ਨ ਪਾਈ ਹੈ ਇਹਨਾਂ ਦੇ ਕ੍ਰਿਸ਼ਨਾਂ 'ਤੇ, ਪਖੰਡੀ ਪਾਸਟਰਾਂ 'ਤੇ, ਉਹ ਕਹਿ ਰਹੇ ਸੀ ਮੈਨੂੰ ਬਾਈਬਲ ਪੜ੍ਹਨੀ ਪੈਣੀ ਹੈ। ਮੈਂ ਕਿਹਾ ਜੀ ਨਹੀਂ ਪੜ੍ਹਨੀ ਪੈਣੀ, ਤੁਸੀਂ ਬੋਲੋ ਕੀ ਚਾਹੀਦਾ, ਮੈਂ ਤੁਹਾਨੂੰ ਕੋਟੇਸ਼ਨ ਦੇਣਾ ਵੀ ਬਾਈਬਲ 'ਚ ਕਿੱਥੇ ਲਿਖਿਆ ਹੋਇਆ। ਅਤੇ 3:30 ਵਜੇ ਤੱਕ ਪੂਰਾ ਜੋ ਲਿਖਾਇਆ, ਅਤੇ ਮੈਨੂੰ ਕਹਿੰਦੇ ਬਾਬਾ ਜੀ ਇਹ ਸਵੇਰੇ ਫੋਨ ਆਇਆ ਵੀ ਝੂਠ ਨਾ ਬੋਲਿਓ, ਤੁਸੀਂ ਪੱਕਾ ਸਿੱਖ ਹੋ? ਮੈਂ ਕਿਉਂ? ਕਹਿੰਦੇ ਇੰਨੀ ਬਾਈਬਲ 'ਤੇ ਮੈਂ ਕਿਸੇ ਨੂੰ ਯਾਦ ਨਹੀਂ ਵੇਖੀ। ਸੋ ਚੀਜ਼ਾਂ ਤਿਆਰੀ ਚਾਹੀਦੀ ਹੈ। ਸਾਡੀ ਆਦਤ ਕੀ ਨਾ, ਅਸੀਂ ਹਰ ਚੀਜ਼ ਸੋਸ਼ਲ ਮੀਡੀਆ 'ਤੇ ਪਾਉਂਦੇ ਹਾਂ। ਹੁਣ ਜੇ ਗੁੱਜਰਾਂ ਕਰੋ ਬੱਚਾ ਚੱਕਿਆ ਅਤੇ ਉਹ ਵੀਡੀਓ ਔਨ ਹੋ ਗਈ, ਹੁਣ ਸਭ ਦੇ ਮਨ 'ਚ ਡਰ ਹੈ ਕਿ ਜੇ ਵੀਡੀਓ 'ਚ ਮੈਂ ਗਲਤ ਕੀਤਾ ਤਾਂ ਮੇਰੇ 'ਤੇ ਕੇਸ ਪੈ ਜਾਣਾ, ਉਹ ਛੁੱਟ ਜਾਂਦਾ। ਜੇ ਕੋਈ ਬੇਦਬੀ ਵਾਲਾ ਕੇਸ ਫੜਦੇ ਹਾਂ, 100 ਤੋਂ ਵੱਧ ਬੇਦਬੀਆਂ ਹੋ ਗਈਆਂ, ਤੁਸੀਂ ਬਰਗਾੜੀ ਦੇ ਪਿੱਛੇ ਪਏ ਹੋ ਸਾਰੇ ਤੱਕ, ਕਿ ਬਰਗਾੜੀ ਦੀ ਬੇਦਬੀ ਹੀ ਬੇਦਬੀ, ਬਾਕੀ ਕੋਈ ਬੇਦਬੀ ਨਹੀਂ, ਕਿਉਂਕਿ ਬਰਗਾੜੀ ਦੀ ਬੇਦਬੀ ਤੁਹਾਡੇ ਸਿਆਸੀ ਜਿਹੜੇ ਆਕਾ ਨੇ ਉਹਨਾਂ ਦੇ ਹੱਕ 'ਚ ਭੁਗਤਦੀ ਹੈ। ਉਹਨਾਂ ਨੂੰ ਪਤਾ ਵੀ ਭੀੜ ਨੂੰ ਕਿੱਧਰ ਨੂੰ ਤੋਰਨਾ ਹੈ, ਸਮਝ ਨਹੀਂ? ਬਰਗਾੜੀ ਦੀ ਜਿਹੜੀ ਬੇਦਬੀ ਤਾਂ ਇਨਸਾਫ ਹੀ ਮਿਲ ਜਾਣਾ ਜੇ ਦੋਵੇਂ ਭਰਾ ਫੜੇ ਜਾਂਦੇ 5 ਗਰਾਈਂ, ਪਰ ਉਹ ਤਾਂ ਨਹੀਂ ਦਿੱਤੇ ਨਾ ਫੜੇ, ਉਹ ਤਾਂ ਬੈਠੇ ਨੇ ਆਰਾਮ ਨਾਲ, ਉਹਨਾਂ ਕੋਲ ਗੱਡੀਆਂ ਵਧੀਆਂ ਨੇ, ਕੋਠੀ ਪਾਈ ਹੈ। ਸੋ ਤੁਹਾਡੀ ਜਿਹੜੀ ਬਦਅਕਲੀ ਹੈ ਨਾ, ਇਹ ਤੁਹਾਡਾ ਦੁਸ਼ਮਣ ਹੈ, ਤੁਹਾਨੂੰ ਆਪਣਾ ਦੁਸ਼ਮਣ ਨਹੀਂ ਸਮਝ ਆ ਰਿਹਾ। ਇਸ ਕਰਕੇ ਤੁਹਾਡਾ ਕੋਈ ਇਲਾਜ ਨਹੀਂ ਹੈ। ਗੁੱਜਰਾਂ ਦੇ ਉੱਤੇ ਕਿਉਂ ਪਟੀਸ਼ਨ ਨਹੀਂ ਪਾ ਰਿਹਾ ਪੰਜਾਬ ਵੀ ਸਾਡੀਆਂ ਖੇਤਾਂ 'ਚ ਮੱਝਾਂ ਵਾੜਦੇ ਆ, ਜਿਹੜੇ ਮਨਰੇਗਾ ਪਲਾਂਟ ਲਾ ਰਿਹਾ ਉਹ ਪਲਾਂਟ ਬਾਰੋ ਬਾਰ ਖਾ ਜਾਂਦੇ, ਕਿਉਂ ਅਵਾਰਾ ਡੰਗਰ ਲੈ ਕੇ ਸੜਕਾਂ 'ਤੇ ਫਿਰਦੇ ਆ, ਕਿਉਂ ਟ੍ਰੈਫਿਕ ਨੂੰ ਇਹ ਡਿਸਟਰਬ ਕਰਦੇ ਨੇ, ਆਪਣੇ ਡੰਗਰਾਂ ਨੂੰ ਬੰਨ੍ਹ ਕੇ ਕਿਉਂ ਨਹੀਂ ਰੱਖਦੇ? ਮੈਂ ਕੋਈ ਦੂਜਾ ਜੱਟ ਜ਼ਿਮੀਦਾਰ ਨਹੀਂ ਵੇਖਿਆ ਵੀ ਜਿਹਦੇ ਕੋਲ ਡੰਗਰ ਹੋਣ 'ਤੇ ਸੜਕਾਂ ਲੈ ਕੇ ਫਿਰਦਾ ਹੋਵੇ। ਇਹ ਗੁੱਜਰ ਤੁਹਾਨੂੰ 1-10 ਕਿਲੋਮੀਟਰ 'ਚ ਤੁਹਾਨੂੰ 5-6 ਮਿਲ ਜਾਣਗੇ ਆਰਾਮ ਨਾਲ, ਉਹ ਫਿਰ
ਸਾਡੇ ਵਿੱਚ ਹਲਾਲ ਹਰਾਮ ਹੈ, ਕਿਸੇ ਵੀ ਤਰ੍ਹਾਂ ਦੀ ਹਲਾਲ ਚੀਜ਼ ਜਿਹੜੀ ਇਹ ਕਰਦੇ ਨੇ ਉਹ ਹਰਾਮ ਹੈ ਸਾਨੂੰ, ਕੁੱਠਾ ਹਰਾਮ ਹੈ, ਕੁੱਠਾ ਸਿਰਫ ਮਾਸ ਨਹੀਂ, ਸਭ ਕੁਝ ਕੁੱਠਾ ਹਰਾਮ ਹੈ ਸਾਨੂੰ। ਹਲਾਲ ਸਰਟੀਫਿਕੇਸ਼ਨ ਦੇ ਨਾਲ ਅਸੀਂ ਫੂਡ ਖਾ ਰਹੇ ਹਾਂ। ਆ ਸ਼ਾਮੀ ਰੈਸਟੋਰੈਂਟ ਦੇਖ ਕੇ ਹਾਂ ਅਤੇ ਪੱਗਾਂ ਵਾਲੇ ਮੁੰਡੇ ਬੈਠੇ ਹੋਏ ਨੇ, ਅਤੇ ਮੁਸਲਮਾਨ ਤੁਸੀਂ ਹੋ ਚੁੱਕੇ ਹੋ ਫਿਰ, ਗੁਰੂ ਨੇ ਤਾਂ ਆਪਣਾ ਹੱਥ ਤੁਹਾਡੇ 'ਤੇ ਚੁੱਕ ਲਿਆ, ਧਰਮ ਛੱਡਿਆ ਜਾ ਰਿਹਾ, ਕੋਈ ਬੋਲ ਨਹੀਂ ਰਿਹਾ। ਪ੍ਰਚਾਰਕ ਜਿਹੜੇ ਗਫਲਤ ਨਹੀਂ ਸੁੱਤੇ, ਪੈਸਾ ਖਾ ਕੇ ਇਹ ਕੋਹੜੀ ਜਿਹੜੇ ਨੇ ਜਿਨ੍ਹਾਂ ਨੂੰ ਸਤਿਗੁਰੂ ਨੇ ਬਾਅਦ 'ਚੋਂ ਸਾੜਨਾ, ਫਿਰ ਤੇਲ 'ਚ ਪਾ ਕੇ, ਇਹਨਾਂ ਨੂੰ ਨਹੀਂ ਪਤਾ ਇਹਨਾਂ ਦਾ ਕੀ ਹੋਣਾ ਬਾਅਦ 'ਚੋਂ। ਆ ਮੰਗ ਖਾਣੇ ਜਿਹੜੇ ਸਾਰੇ ਨੇ ਚੁੱਪ ਬੈਠੇ ਹੋਏ ਨੇ, ਨਿੱਕੇ ਨਿੱਕੇ ਸੋਸ਼ਲ ਜਥੇਬੰਦੀਆਂ ਬਣੀਆਂ ਨੇ, ਕੋਈ ਭਈਏ ਕੋਟ ਆਉਂਦਾ, ਕੋਈ ਦੁਕਾਨਦਾਰ ਕੋਟ ਆਉਂਦਾ, ਕੋਈ ਫੋਟੋਗ੍ਰਾਫਰ ਕੋਟ ਆਉਂਦਾ, ਕੋਈ ਗੋਲਗੱਪਿਆਂ ਵਾਲੇ ਕੋਟ ਆਉਂਦਾ। ਕਿਉਂ ਇਹ ਇੱਕ ਵੱਡੀ ਜਥੇਬੰਦੀ ਬਣਾ ਕੇ ਪਟੀਸ਼ਨ ਨਹੀਂ ਪਾਉਂਦੇ? ਕਿਉਂ ਪੰਜਾਬ ਬੰਦ ਨਹੀਂ ਕਰਦੇ ਵੀ ਗੁੱਜਰ ਨਹੀਂ ਕੱਢੋ, ਪੰਜਾਬ ਨਹੀਂ ਖੁੱਲ੍ਹੇਗਾ? ਇੰਨਾ ਪੈਸਾ ਕਿੱਥੋਂ ਆਉਂਦਾ ਨਾ? ਕਿਉਂ ਪ੍ਰਸ਼ਾਸਨ ਇਹਨਾਂ ਨੇ ਸੁਣਦਾ? ਕਿਉਂਕਿ ਮੁਸਲਮਾਨ ਨੇ, ਇਹਨਾਂ ਕੋਲ ਵਕਫ ਦਾ ਬਹੁਤ ਜ਼ਿਆਦਾ ਪੈਸਾ, ਵਕਫ ਬੋਰਡ ਦਾ। ਇਹ ਵੀ ਇੱਕ ਕਿਸਮ ਦਾ ਆਤੰਕਵਾਦ ਹੀ ਹੈ। ਤੁਸੀਂ ਪੰਜਾਬ 'ਚ ਬਾਹਰ ਕਿਤੇ ਜ਼ਮੀਨ ਨਹੀਂ ਲੈ ਸਕਦਾ, ਤੁਹਾਡੇ ਇੱਥੇ ਜਿਹੜਾ ਮਰਜ਼ੀ ਲੰਡੀ ਪੁੱਛੀ ਲੈ ਲੈਂਦਾ। ਇਹ 'ਚ ਤਾਂ ਲੋਕਲ ਗਵਰਨਮੈਂਟ ਜਿਹੜੀ ਹੈ ਉਹਦੇ ਹੱਥ ਇਖਤਿਆਰ ਹੈ ਨਾ ਤਾਂ ਬਾਦਲਾਂ ਨੇ ਕੁਛ ਕੀਤਾ ਅਤੇ ਨਾ ਕਿਸੇ ਨੇ ਕੁਛ ਕਰਨਾ, ਕਿਉਂਕਿ ਸਭ ਦਾ ਮਨਸੂਬਾ ਇੱਕੋ ਹੀ ਹੈ, ਪੈਸਾ। ਹੁਣ ਜਿਹੜੀ ਸਰਕਾਰ ਆਈ ਹੈ ਇਹਨੇ ਤਾਂ ਹੋਰ ਬੇੜਾ ਗਰਕ ਕੀਤਾ, ਉਹ ਇਲੇ ਆਉਂਦੀ ਉਹਨਾਂ ਨੇ ਜਿਹੜੇ ਕਹਿੰਦੇ ਅਸੀਂ ਖਾਲਸਾ ਬਣਾ ਕੇ ਦੇਵਾਂਗੇ। ਹੁਣ $17 ਮਿਲੀਅਨ ਦੇ ਕੇ ਤੁਹਾਨੂੰ ਪਿੱਟਦੇ ਪਏ ਵੀ $17 ਮਿਲੀਅਨ ਪੰਜਾਬ 'ਚ ਦੇ ਕੇ ਇਹਨਾਂ ਨੂੰ $17 ਮਿਲੀਅਨ ਪੰਜਾਬ 'ਚ ਵਾੜਿਆ ਹੈ, ਜਿਨ੍ਹਾਂ ਨੇ ਤੁਹਾਨੂੰ ਖਾਲਿਸਤਾਨ ਲੈ ਕੇ ਜਾਣਾ ਸੀਗਾ। ਆਹ ਤਾਂ ਅਕਲ ਦੇ ਮਾਲਕ ਨੇ ਖਾਲਿਸਤਾਨੀ, ਇਹ ਤੁਹਾਨੂੰ ਅੱਜ ਕਿਵੇਂ ਲੈ ਦੇਣਗੇ? ਅੱਜ ਹਿੰਦੂ ਜਾਗਿਆ ਹੋਇਆ, ਲੜਾਈ ਕਰ ਰਿਹਾ ਆਪਣੇ ਮੰਦਰ ਵਾਸਤੇ, ਲੜਾਈ ਕਰ ਰਿਹਾ ਆਪਣੀਆਂ ਜ਼ਮੀਨਾਂ ਵਾਸਤੇ। 5300 ਮਸੀਤਾਂ UP ਦੇ ਵਿੱਚ ਜਿਹੜੀਆਂ ਅਵੈਧ ਘੋਸ਼ਿਤ ਕਰਕੇ ਢਾਹਤੀਆਂ ਯੋਗੀ ਨੇ। ਅੱਜ 90 ਵਿਘਾ ਜ਼ਮੀਨ, ਵਿਘਾ ਪਤਾ ਨਹੀਂ ਕਿੰਨੀ ਹੁੰਦੀ ਹੈ, ਪਰ 90 ਵਿਘਾ ਜ਼ਮੀਨ ਜਿਹੜੀ ਉਹਨੇ ਅਕੁਆਇਰ ਕੀਤੀ ਹੈ ਇਹਦੇ ਕੋਲ ਵਾਪਸ ਵਕਫ ਤੋਂ। ਹੈ ਦਮ ਪੰਜਾਬ ਦੇ ਵਿੱਚ, ਇੰਨਾ ਫੁਕਰੀਆ ਨਾ ਮਾਰਿਆ ਕਰੋ ਵੀ ਅਸੀਂ ਕਾਬਲ, ਉਹ ਜਿਹੜੇ ਕਾਬਲ ਘੰਧਾਰ ਗਏ ਤੁਸੀਂ ਨਹੀਂ ਸੀਗੇ ਭਰਾ, ਉਹ ਹੋਰ ਸੀਗੇ, ਉਹ ਤੁਹਾਡੇ ਬਾਬੇ ਦਾ, ਤੁਸੀਂ ਤਾਂ ਉਹ ਸੀ ਜਿਹਨਾਂ ਗੱਦਾਰੀਆਂ ਕੀਤੀਆਂ ਨੇ। ਜੇ ਤੁਸੀਂ ਉਹਨਾਂ ਦਾ ਖੂਨ ਹੁੰਦੇ ਨਾ ਤਾਂ ਤੁਹਾਡੇ ਵਿੱਚੋਂ ਹਨੀ ਸਿੰਘ ਵਰਗੇ ਅਤੇ JZB ਵਰਗੇ ਅਤੇ ਚਮਕੀਲੇ ਵਰਗੇ ਪੈਦਾ ਨਾ ਹੁੰਦੇ, ਗੁਰਦਾਸ ਮਾਨ ਵਰਗੇ ਤੁਹਾਡੇ 'ਚੋਂ ਪੈਦਾ ਨਾ ਹੁੰਦੇ। ਅਤੇ ਅੱਜ ਜੋ ਹੋ ਰਿਹਾ ਉਹ ਸਭ ਕੁਝ ਦੇਖ ਕੇ ਤੁਸੀਂ ਸੁੱਤੇ ਨਾ ਹੁੰਦੇ, ਤੁਸੀਂ ਆਪਣੇ ਜਥੇਬੰਦੀਆਂ ਦੀ ਇਨਕਲਾਬ ਨੂੰ ਹੱਥ ਨਾ ਪਾਇਆ ਹੁੰਦਾ। ਸਾਰੀਆਂ ਟਕਸਾਲਾਂ, ਨਿਹੰਗ ਜਥੇਬੰਦੀਆਂ ਸਾਰੇ ਸੁੱਤੇ ਪਏ ਨੇ, ਕਿਸੇ ਨੂੰ ਕੋਈ ਲੈਣ ਦੇਣ ਨਹੀਂ, ਆਪਣੀ ਨਿੱਜੀ ਜ਼ਮੀਨਾਂ ਕਬਜ਼ੇ ਕਰੀ ਚਲੋ, ਇੱਕ ਦੂਜੇ ਨਾਲ ਲੜੀ ਚਲੋ, ਅਤੇ ਜਿਹੜਾ ਕੰਮ ਕਰਨ ਵਾਲਾ ਕਿਸੇ ਨੇ ਵੀ ਨਹੀਂ ਕਰਨਾ। ਉਹ ਸਾਰੇ ਪਟੀਸ਼ਨ ਅਸੀਂ ਦੇ ਪਾਉਣ ਤੁਰੇ। ਮੈਂ 2 ਸਾਲ ਤੋਂ ਰੋ ਰਿਹਾ ਕਿ ਮਲੇਰਕੋਟਲੇ 'ਚ ਸਿੱਖਾਂ ਦੀਆਂ ਬੜੀਆਂ ਬੱਚੀਆਂ ਗਾਇਬ ਨੇ, ਮੈਨੂੰ ਪਟੀਸ਼ਨ ਪਵਾ ਉੱਥੇ RTA ਪਵਾ ਕੇ ਲੱਭ ਕੇ ਦਿਉ, ਪਰ ਅੱਜ ਤੱਕ ਕੋਈ ਕਿਸੇ ਨੇ ਕੰਮ ਨਹੀਂ ਕੀਤਾ। ਹੁਣ ਆਪ ਆਏ, ਅਜੇ 3 ਮਹੀਨੇ ਮੱਥੇ ਮਾਰ ਦਿੱਤੀਆਂ, ਕੰਮ ਕਰਾਂਗੇ ਹੌਲੀ ਹੌਲੀ। ਸੋ ਜਾਗੋ, ਆਪਣਾ ਫਰਜ਼ ਪਛਾਣੋ, ਇਕੱਠੇ ਹੋ ਵੱਡੀ ਜਥੇਬੰਦਕ ਬਣਾ ਕੇ, ਧੜਾ ਬਣਾ ਕੇ, ਅਤੇ ਤਾਂ ਤੁਸੀਂ ਇਹਨਾਂ ਤੋਂ ਜਿੱਤ ਸਕਦੇ ਹੋ। ਵਰਨਾ ਤੁਸੀਂ ਤਾਂ ਨਿੱਕੇ ਨਿੱਕੇ ਟੋਟੇ ਬਣ ਗਏ, 4 ਜਥੇਬੰਦੀਆਂ ਇਹਦੀਆਂ, 4 ਜਥੇਬੰਦੀਆਂ ਉਹਦੀਆਂ, ਅਤੇ ਸਾਰੇ ਤੁਸੀਂ ਆਪਣੇ ਆਪਣੇ ਘਰੋਂ ਦੀ ਖਾ ਜਾਓ ਸਾਰੇ। ਫਿਰ ਇੱਦਾਂ ਥੋੜ੍ਹੀ ਤੁਹਾਡਾ ਭਲਾ ਹੋ ਜਾਏਗਾ, ਨਾ ਅਕਾਲ ਤਖਤ ਤੁਹਾਡੇ ਨਾਲ, ਨਾ ਟਕਸਾਲਾਂ ਤੁਹਾਡੇ ਨਾਲ, ਨਾ ਨਿਹੰਗ ਜਥੇਬੰਦੀ, ਕੋਈ ਤੁਹਾਡੇ ਨਾਲ ਨਹੀਂ ਹੈ, ਤੁਸੀਂ ਇਕੱਲੇ ਹੀ ਹੋ।
ਹੁਣ ਤੁਸੀਂ ਦੱਸੋ ਕੀ ਕਰਨਾ। ਜੇ ਮੈਂ ਇਕੱਲਾ ਇੱਥੇ ਆ ਕੇ ਤਾਂ ਇੰਨਾ ਗਾਹ ਪਾ ਸਕਦਾ ਇਹਨਾਂ ਨਰੂਲੇ ਸ਼ੁਰੂ ਹੋਣਾਂ ਨੂੰ, ਚਾਰ ਚਾਰ ਫਿਰ ਭੁਗਤ ਸਕਦਾ ਅਤੇ ਫਿਰ ਬਾਹਰ ਬੈਠਾ ਇਹ ਤੱਕ। ਤੁਹਾਡੇ ਕੋਲ ਜਥੇਬੰਦੀਆਂ ਨੇ, ਮੇਰੇ ਕੋਲ ਜਥੇਬੰਦੀ ਕੋਈ ਨਹੀਂ ਹੈ। ਤੁਹਾਡੇ ਕੋਲ 30-35 ਮਹੀਨੇ ਅੰਗਰੇ, ਮੈਂ ਤਾਂ ਰਹਿੰਦਾ ਇਕੱਲਾ ਮੇਰਾ, ਮੈਂ ਛੋਟਾ ਭਰਾ ਨਾਲ ਹੁੰਦਾ ਮੇਰਾ ਕਜ਼ਨ, ਪਰ ਫਿਰ ਵੀ ਮੈਂ ਕਰ ਰਿਹਾ ਨਾ ਕੰਮ, ਮੈਂ ਆਪਣਾ ਤਰੀਕਾ ਲੱਭ ਲਿਆ। ਕਿਉਂਕਿ ਜਥੇਬੰਦੀਆਂ ਬਾਅਦ 'ਚੋਂ ਵਿਕ ਜਾਂਦੀਆਂ ਨੇ, ਸਮਝੌਤੇ ਕਰ ਜਾਂਦੀਆਂ ਨੇ, ਬੰਦਾ ਇਕੱਲਾ ਫਸ ਜਾਂਦਾ। ਸੋ ਮੈਂ ਆਪਣਾ ਕੰਮ ਲੱਭ ਲਿਆ ਵੀ ਇਕੱਲਾ ਰਹਾਂਗਾ, ਟਾਈਮ ਲੱਗੇਗਾ ਪਰ ਕੰਮ ਕਰਾਂਗਾ ਸਾਰੇ। ਸੋ ਆਪਣਾ ਜਿਹੜਾ ਫਰਜ਼ ਪਛਾਣੋ, ਇਕੱਠੇ ਹੋਵੋ, ਜਥੇਬੰਦਕ ਢਾਂਚਾ ਖੜ੍ਹਾ ਕਰੋ, ਨਹੀਂ ਤਾਂ ਫਿਰ ਗਏ, ਫਿਰ ਤੈਨੂੰ ਗੁੱਜਰ ਵੀ ਛਿੱਤਰ ਮਾਰਨਗੇ, ਭਈਏ ਵੀ ਛਿੱਤਰ ਮਾਰਨਗੇ, ਬੰਗਾਲੀ ਮੁਸਲਮਾਨ ਤੁਹਾਨੂੰ ਛਿੱਤਰ ਮਾਰਨਗੇ, ਤੁਹਾਡੀਆਂ ਕੁੜੀਆਂ ਵੀ ਕੱਢਣਗੇ, ਤੁਹਾਡੀ ਜ਼ਮੀਨਾਂ ਵੀ ਖੋਣਗੇ, ਤੁਸੀਂ ਕੁਛ ਨਹੀਂ ਕਰ ਸਕੋਗੇ। ਹੁਣ ਤੱਕ ਤੁਸੀਂ ਕੀ ਪੱਟ ਲਿਆ, ਜਿਹੜਾ ਗਾਂ ਤੁਸੀਂ ਪੱਟ ਲੈਣਾ, ਦੱਸੋ ਮੈਨੂੰ। ਸੋ ਇਹ ਨੀਂਦ 'ਚੋਂ ਜਾਗੋ, ਜਿੰਨਾ ਦਿੱਲੀ ਜਿੱਤੀ ਉਹ ਤਾਂ ਉਹ ਤੁਸੀਂ ਨਹੀਂ ਸੀਗੇ, ਉਹ ਹੋਰ ਸੀ। ਜਿੰਨਾ ਕੁਰਬਾਨੀਆਂ ਕੀਤੀਆਂ ਉਹ ਤੁਸੀਂ ਨਹੀਂ ਸੀਗੇ, ਉਹ ਹੋਰ ਸੀ। ਜਿੰਨਾ ਅਫਗਾਨਾਂ ਨੂੰ ਹੱਥ ਪਾਇਆ ਤੁਸੀਂ ਨਹੀਂ ਸੀ, ਉਹ ਹੋਰ ਸੀ। ਉਹ ਤੁਹਾਡੇ ਅੰਦਰ ਉਹਨਾਂ ਡੀਐਨਏ ਨਹੀਂ ਬਚਿਆ ਹੋਇਆ। ਪਛਾਣੋ ਆਪਣੇ ਆਪ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।